ਸ਼ਕਲ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਹਾਂ ਗਾਇਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਜੋ ਕਿ ਹੈ ਫਿਲਮ ਸੌਂਕਣ ਸੌਂਕਣੇ ਬਾਰੇ ਤੇ ਤੁਹਾਨੂੰ ਦੱਸ ਦਈਏ ਕਿ ਸੌਂਕਣ ਸੌਂਕਣੇ ਦੀ ਰਿਲੀਜ਼ ਡੇਟ ਦੀ ਅਨਾਊਂਸਮੈਂਟ ਹੋ ਗਈ ਹੈ ਤੇ ਸੌਂਕਣ ਸੌਂਕਣੇ ਰਿਲੀਜ਼ ਹੋਵੇਗੀ 6 ਮਈ 2022 ਨੂੰ ਯਾਨੀ ਕਿ ਕੁਝ ਮਹੀਨਿਆਂ ਬਾਅਦ ਤੇ ਇਸ ਫਿਲਮ ਦੇ ਵਿੱਚ ਤੁਹਾਨੂੰ ਐਂਟਰਟੇਨ ਕਰਦੇ ਨਜ਼ਰ ਆਉਣਗੇ ਐਮੀ ਵਿਰਕ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਤੇ ਸੌਂਕਣ ਸੌਂਕਣੇ ਨੂੰ ਲਿਖਿਆ ਹੈ ਅੰਬਰਦੀਪ ਸਿੰਘ ਨੇ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਮਰਜੀਤ ਸਿੰਘ ਸਰਾਓ ਨੇ ਤੇ ਇਸ ਫਿਲਮ ਦੇ ਵਿੱਚ ਜਿਹੜੇ ਗਾਣੇ ਹੋਣਗੇ ਉਹਨਾਂ ਦਾ ਮਿਊਜ਼ਿਕ ਕੀਤਾ ਹੈ ਦੇਸੀ ਕਰੂ ਨੇ ਤੇ ਇਸ ਫਿਲਮ ਨੂੰ ਨਾਦ ਸਟੂਡੀਓਜ਼ ਡ੍ਰੀਮੀਅਤ ਪ੍ਰਾਈਵੇਟ ਲਿਮਿਟਿਡ ਐਂਡ ਜੇ ਆਰ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠਾਂ 6 ਮਈ 2022 ਨੂੰ ਰਿਲੀਜ਼ ਕੀਤਾ ਜਾਵੇਗਾ ਤੇ ਐਵੇਂ ਵਿਰਕ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਦੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਤੁਸੀਂ ਉਹਨਾਂ ਦੀ ਪਹਿਲਾਂ ਕਾਫੀ ਫਿਲਮਸ ਦੇਖੀਆਂ ਨੇ ਕਿਸਮਤ ਕਿਸਮਤ 2 ਔਰ ਇਹਨਾਂ ਫਿਲਮਸ ਨੇ ਤੁਹਾਨੂੰ ਹਸਾਇਆ ਵੀ ਹੈ ਤੇ ਰੁਆਇਆ ਵੀ ਹੈ ਲੇਕਿਨ ਸੌਂਕਣ ਸੌਂਕਣ ਇੱਕ ਅਲੱਗ ਯੋਨਰ ਦੀ ਫਿਲਮ ਹੋਣ ਵਾਲੀ ਹੈ ਜਿਹਦੇ ਵਿੱਚ ਪਤਾ ਹੀ ਆ ਨਾ ਤੋਂ ਕਲੀਅਰ ਹੈ ਕਿ ਥੋੜ੍ਹਾ ਬਹੁਤ ਘਰੇਲੂ ਕਲੇਸ਼ ਤੇ ਦੇਖਣ ਨੂੰ ਮਿਲੇਗਾ ਹੀ ਔਰ ਅੰਬਰਦੀਪ ਦੀ ਕਹਾਣੀ ਹੈ ਜਿਹਦੇ ਵਿੱਚ ਅੰਬਰਦੀਪ ਹਮੇਸ਼ਾ ਅਸੀਂ ਦੇਖਿਆ ਹੀ ਹੈ ਜਿਹੜੀ ਕਹਾਣੀ ਲਿਖਦੇ ਨੇ ਉਹਦੇ ਵਿੱਚ ਜਿੱਥੇ ਉਹ ਕਲਚਰ ਨੂੰ ਸਾਂਭ ਕੇ ਰੱਖਦੇ ਨੇ ਉੱਥੇ ਪੰਜਾਬੀ ਭਾਸ਼ਾ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਤਵੱਜੋ ਦਿੱਤਾ ਜਾਂਦਾ ਹੈ ਉਹਦੇ ਨਾਲ ਹੀ ਕਾਮੇਡੀ ਵੀ ਜ਼ਰੂਰ ਹੁੰਦੀ ਹੈ ਇਮੋਸ਼ਨਸ ਨਾਲ ਫਿਲਮ ਭਰੀ ਹੁੰਦੀ ਹੈ ਤੇ ਐਮੀ ਵਿਰਕ ਦੀ ਐਕਟਿੰਗ ਦੇ ਨਾਲ ਤੇ ਅਸੀਂ ਸਭ ਵਾਕਿਫ ਹੀ ਹਾਂ ਕਿ ਜਦੋਂ ਉਹ ਐਕਟ ਕਰਦੇ ਨੇ ਤੇ ਉਹ ਸੀਨ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਪ੍ਰੀਸ਼ੀਅਸ ਹੋ ਜਾਂਦਾ ਹੈ ਤੇ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੋਨਾਂ ਦੀ ਕੈਮਿਸਟਰੀ ਦੇਖਣ ਲਈ ਤੇ ਪੂਰੀ ਇੰਡਸਟਰੀ ਬੇਤਾਬ ਹੈ ਕਿ ਉਹ ਪਰਦੇ ਤੋਂ ਉੱਪਰ ਕੈਮਿਸਟਰੀ ਕਿੱਦਾਂ ਦੀ ਨਜ਼ਰ ਆਉਣ ਵਾਲੀ ਹੈ ਨਿਮਰਤ ਤੇ ਸਰਗੁਣ ਦੇ ਫੈਨਸ ਵੀ ਦੇਖਣ ਲਈ ਜਿਹੜੇ ਹੈਗੇ ਬਹੁਤ ਬੇਤਾਬ ਨੇ ਔਰ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਫਲੇਵਰਸ ਹੋਣ ਵਾਲੇ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਸਾਨੂੰ ਨਿਰਮਲ ਰਿਸ਼ੀ ਮੈਮ ਵੀ ਨਜ਼ਰ ਆਉਣ ਵਾਲੇ ਨੇ ਤੇ ਜਦ ਨਿਰਮਲ ਰਿਸ਼ੀ ਮੈਮ ਫਿਲਮ ਦੇ ਵਿੱਚ ਆਉਂਦੇ ਨੇ ਤੇ ਪਤਾ ਹੀ ਹੈ ਖੜਕਾ ਤੜਕਾ ਪੂਰਾ ਹੋਣ ਵਾਲਾ ਕਿਉਂਕਿ ਫਿਲਮ ਦੇ ਵਿੱਚ ਰੋਬ ਵੀ ਨਜ਼ਰ ਆਊਗਾ ਔਰ ਇਸ ਫਿਲਮ ਦੇ ਗਾਣੇ ਵੀ ਡੈਫੀਨੇਟਲੀ ਦੇਸੀ ਗਰੂ ਦਾ ਮਿਊਜ਼ਿਕ ਹੈ ਤੇ ਆਈ ਨੋ ਸਾਰਿਆਂ ਨੂੰ ਪਸੰਦ ਆਉਣਗੇ ਆਉਣਗੇ ਔਰ ਤੁਸੀਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਫਿਲਮ ਦਾ ਕਿੰਨਾ ਜ਼ਿਆਦਾ ਇੰਤਜ਼ਾਰ ਹੈ ਤੇ ਫਿਲਮ ਦੇ ਬਿਹਾਈਂਡ ਦਾ ਸੀਨਸ ਵੀ ਅਸੀਂ ਤੁਹਾਨੂੰ ਦਿਖਾਏ ਸੀਗੇ ਜਿਹੜੇ ਬਹੁਤ ਜ਼ਿਆਦਾ ਵਾਇਰਲ ਹੋਏ ਸੀਗੇ ਕਿਉਂਕਿ ਸ਼ੂਟ ਦੇ ਦੌਰਾਨ ਨਿਮਰਤ ਨੇ ਤੇ ਸਰਗੁਣ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਸੀਗਾ ਔਰ ਉਹਨਾਂ ਦੀ ਵੀਡੀਓਜ਼ ਵੀ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀਗੀਆਂ ਸੋ ਤੁਹਾਨੂੰ ਸਾਰੀ ਅਪਡੇਟਸ ਜਿਹੜੀਆਂ ਹੈਗੀਆਂ ਨੇ ਦੇਸੀ ਚੈਨਲ ਦੇ ਪੇਜ ਦੇ ਉੱਪਰ ਮਿਲਦੀਆਂ ਰਹਿੰਦੀਆਂ ਨੇ ਪੰਜਾਬੀ ਫਿਲਮਾਂ ਦੀ ਇਸ ਕਰਕੇ ਅਸੀਂ ਕਹਿੰਦੇ ਹਾਂ ਤੁਹਾਨੂੰ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਸਾਰੀਆਂ ਅਪਡੇਟਸ ਟਾਈਮਲੀ ਮਿਲਦੇ ਰਹਿਣ ਅੱਜ ਲਈ ਇੰਨਾ ਹੀ ਫਿਰ ਜਲਦੀ ਮੁੜ ਕੇ ਮੁਲਾਕਾਤ ਹੋਵੇਗੀ ਤੇ ਫਿਰ 6 ਮਈ 2022 ਨੂੰ ਵੇਖਣਾ ਨਾ ਭੁੱਲਣਾ ਸੌਂਕਣ ਸੌਂਕਣੇ ਤੇ ਜਲਦ ਇਸ ਫਿਲਮ ਦੀ ਜਦੋਂ ਰਿਲੀਜ਼ ਡੇਟ ਫਿਲਮ ਦੀ ਨੇੜੇ ਆ ਜਾਂਦੀ ਹੈ ਤੇ ਫਿਰ ਤੁਹਾਡੇ ਲਈ ਓਬਵੀਅਸਲੀ ਐਮੀ ਵਿਰਕ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਤੁਹਾਡੇ ਸਾਰਿਆਂ ਤੱਕ ਵੀ ਪਹੁੰਚਾਵਾਂਗੇ ਸੋ ਟਿਲ ਦੈਨ ਸਟੇ ਟਿਊਨਡ ਵਿਦ ਅਸ